मैं ते जाखड़ नू ए गल कहना कि तू चल मेरे नाल, सानू ते सा शमशेर सिंह दुल्लो नू नाल लेके चल, आओ वेखने आ कि बीबी सोनिया गांधी तेनू घरों कढ़दी कि सानू कढ़दी। शक नहीं मामा हुंदा जिन्हें महाभारत दे विच भरा ना भरा लड़ाए, जंग कराई, नुकसान करवाया, इस तरह ही उहदा काम जिहड़ा प्रधान हुंदा, प्रधान दा काम हुंदा पार्टी नू कठिया रखना। 13 अप्रैल 2018 नू सुनील जाखड़ नू कैप्टन अमरिंदर सिंह दे दफ्तर चों दी सिक्योरिटी वाले ने बाहर कढ़ता, ते जिहड़ा बंदा गोडे टेकन दे जिहदी रीढ़ दी हड्डी ना होए, गोडे अपना भार ना चुक सकदे होण, ਉਹ ਸਾਨੂੰ ਸਮਝਾਉਂਦਾ ਮੈਨੂੰ ਤੇ ਸ਼ਮਸ਼ੇਰ ਸਿੰਘ ਦੁੱਲੋ ਨੂੰ ਜਿਹੜੇ ਇਸ ਤੋਂ ਸੀਨੀਅਰ ਨੇ। ਮੈਂ ਅੱਜ ਇਹ ਰੌਲਾ ਰੱਪਾ ਪਾਇਆ ਤੇ ਕੁੰਭਕਰਨ 5 ਮਹੀਨਿਆਂ ਬਾਅਦ ਆਪਣੇ ਘਰੋਂ ਨਿਕਲਿਆ। ਸਮੁੱਚੇ ਬਠਿੰਡੇ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਰੱਖ ਕੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਫੇਧ ਦਿੱਤਾ ਸੀ ਕਿ ਮੈਨੂੰ 4 ਹਫ਼ਤੇ ਦੇ ਦਿਓ, 4 ਹਫ਼ਤਿਆਂ 'ਚ ਮੁਕਾ ਦਾਂਗੇ। ਉਹ ਕੈਪਟਨ ਅਮਰਿੰਦਰ ਸਿੰਘ ਜੀ ਇੱਥੇ ਤਾਂ 4 ਸਾਲ ਹੋ ਗਏ। ਪੰਜਾਬ ਦੀ ਕਾਂਗਰਸ ਪਾਰਟੀ ਹੁਣ ਪੂਰੀ ਤਰ੍ਹਾਂ ਦੋ ਫਾੜ ਹੋ ਗਈ ਏ। ਪ੍ਰਤਾਪ ਸਿੰਘ ਬਾਜਵਾ ਤੇ ਸੁਨੀਲ ਜਾਖੜ ਦੋ ਧੜੇ ਬਣ ਗਏ ਨੇ ਜਿਹੜੇ ਇੱਕ ਦੂਜੇ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਲਈ ਬੜਕਾ ਮਾਰ ਰਹੇ ਨੇ। ਸੁਨੀਲ ਜਾਖੜ ਨੇ ਪੂਰੀ ਕੈਬਨਿਟ ਦਾ ਹਵਾਲਾ ਦਿੰਦਿਆਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋ ਨੂੰ ਕਾਂਗਰਸ ਵਿੱਚੋਂ ਬਾਹਰ ਕੱਢਣ ਲਈ ਆਵਾਜ਼ ਬੁਲੰਦ ਕੀਤੀ, ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਵੀ ਉਲਟਾ ਸੁਨੀਲ ਜਾਖੜ ਅਤੇ ਕੈਪਟਨ ਨੂੰ ਸ਼ੀਸ਼ਾ ਦਿਖਾਇਆ ਏ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਸੁਨੀਲ ਜਾਖੜ ਕੌਣ ਹੁੰਦਾ ਹੈ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਵਾਲਾ। ਉਹਨਾਂ ਚੈਲੰਜ ਕੀਤਾ ਕਿ ਸੁਨੀਲ ਜਾਖੜ ਉਹਨਾਂ ਨਾਲ ਸੋਨੀਆ ਗਾਂਧੀ ਦੇ ਘਰ ਚੱਲਣ ਤਾਂ ਸੋਨੀਆ ਗਾਂਧੀ ਖੁਦ ਜਾਖੜ ਨੂੰ ਧੱਕੇ ਮਾਰ ਕੇ ਬਾਹਰ ਕੱਢਣਗੇ। ਇਸ ਦੇ ਨਾਲ ਹੀ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁੰਭਕਰਨ ਕਹਿ ਕੇ ਵੀ ਸੰਬੋਧਨ ਕੀਤਾ ਹੈ। ਸਾਰਿਆਂ ਨੂੰ ਪਹਿਲੇ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ, 1980 ਤੇ 90 ਦੇ ਦਹਾਕੇ 'ਚ ਜਿਨ੍ਹਾਂ ਦਿਨਾਂ 'ਚ ਅੱਤਵਾਦ ਸੀ ਪੰਜਾਬ 'ਚ, ਕਈ ਵਾਰ ਝੂਠੇ ਮੁਕੱਦਮੇ ਬਣੇ ਤੇ ਪੁਲਿਸ ਵਾਲੇ ਝੂਠੇ ਮੁਕੱਦਮਾ ਬਣਾ ਕੇ 48 ਘੰਟਿਆਂ ਬਾਅਦ FIR ਲੌਂਚ ਕਰਦੇ ਸੀ ਤੇ ਫਿਰ ਬੰਦਿਆਂ ਦੇ ਨਾਂ ਪਾਉਂਦੇ ਸੀ। ਇਹ ਸਾਡੇ 'ਤੇ ਵੀ FIR ਜਿਹੜੀ ਹੈ 48 ਘੰਟਿਆਂ ਬਾਅਦ ਲੌਂਚ ਹੋਈ ਹੈ। ਕੈਬਨਿਟ ਮੀਟਿੰਗ ਹੋਈ ਹੈ ਪਰਸੋਂ ਸਵੇਰੇ ਤੇ ਮੈਂ ਕੱਲ੍ਹ ਉਹਨਾਂ ਦਾ ਮਤਾ ਕਰਵਾਇਆ ਗਿਆ ਕੱਲ੍ਹ ਸ਼ਾਮ 48 ਘੰਟਿਆਂ ਬਾਅਦ। ਇਹ ਉਸ ਪੁਲਿਸ ਦੀ FIR-ਾਂ ਵਰਗਾ ਜਿਹੜੀ ਝੂਠੀ ਹੈ, ਕਿਉਂਕਿ ਉਹਦੇ ਵਿੱਚ ਕੋਈ ਕੈਬਨਿਟ ਦੇ ਵਿੱਚ, ਮੈਂ ਤੁਹਾਨੂੰ ਦਾਅਵਾ ਕਰਨਾ ਚਾਹੁੰਦਾ, 3 ਕੈਬਨਿਟ ਮੰਤਰੀਆਂ ਨੇ ਮੈਨੂੰ ਫੋਨ ਕਰਕੇ ਗੱਲ ਕਹੀ ਕਿ ਬਾਜਵਾ ਸਾਹਿਬ ਇਹ ਤਾਂ ਕਿਤੇ ਡਿਸਕਸ਼ਨ ਵੀ ਨਹੀਂ ਹੋਈ, ਤੁਹਾਡੇ ਤੇ ਸਾ ਸ਼ਮਸ਼ੇਰ ਸਿੰਘ ਦੁੱਲੋ ਦਾ ਮਸਲਾ ਹੀ ਡਿਸਕਸ ਨਹੀਂ ਹੋਇਆ। ਇਹ ਉਸ ਤੋਂ ਬਾਅਦ ਲਿਖ ਕੇ ਕਿਸੇ ਕੈਬਨਿਟ ਮੰਤਰੀ ਦਾ ਨਾਂ ਨਹੀਂ ਪਾਇਆ ਗਾ, ਇਹ ਕਹਿਤਾ ਕਿ ਯੁਕਮਸਤ ਹੋ ਗਿਆ। ਦੂਜੀ ਗੱਲ, ਅਸੀਂ ਕਾਂਗਰਸੀ ਹਾਂ, ਅਸੀਂ ਆਪਣੇ ਪ੍ਰਵਾਨ ਕੁਰਬਾਨ ਕੀਤੇ ਨੇ ਕਾਂਗਰਸ ਪਿੱਛੇ। ਸਰ ਸ਼ਮਸ਼ੇਰ ਸਿੰਘ ਦੁੱਲੋ 'ਤੇ ਫਾਇਰਿੰਗ ਹੋਈ, ਉਹਨਾਂ ਨਾਲ ਪੁਲਿਸ ਵਾਲੇ ਬੰਦੇ ਮਾਰੇ ਗਏ। ਮੇਰੇ 'ਤੇ ਬੰਬ ਬਲਾਸਟ 1990 ਦੇ ਵਿੱਚ ਤੁਹਾਡੇ ਇਸੇ ਸ਼ਹਿਰ 'ਚ ਹੋਇਆ ਸੀ। ਇੱਥੇ ਹੋਸਪਿਟਲ 'ਚ ਮੈਂ ਵਿਜ਼ਿਟ ਕਰਨ ਆਇਆ ਸੀ, ਲੋਕਾਂ ਮੇਰੀ ਸਾਰੀ ਕਾਰ ਉਡਾ ਦਿੱਤੀ ਗਈ ਸੀ। ਉਸ ਤੋਂ ਪਹਿਲੇ ਵੱਡੇ ਬਾਜਵਾ ਸਾਹਿਬ 5 ਬੰਦਿਆਂ ਨਾਲ ਉਹਨਾਂ ਸ਼ਹਾਦਤ ਪਾਈ ਸੀ ਅੰਮ੍ਰਿਤਸਰ 'ਚ, 1987 ਦੀ ਗੱਲ ਹੈ, ਜੁਲਾਈ ਦੀ। ਤੋ ਇਹ ਬੰਦੇ ਸਾਨੂੰ ਕੋਈ ਧੱਕੇ ਕਾਂਗਰਸ 'ਚੋਂ ਕੱਢਣ ਵਾਲਾ ਹੈ ਨਹੀਂ। ਮੈਂ ਤਾਂ ਓਪਨ ਚੈਲੰਜ ਸੁਨੀਲ ਜਾਖੜ ਨੂੰ ਦਿੰਦਾ, ਮੈਂ ਤਾਂ ਜਾਖੜ ਨੂੰ ਇਹ ਗੱਲ ਕਹਿੰਦਾ ਕਿ ਤੂੰ ਚੱਲ ਮੇਰੇ ਨਾਲ, ਸਾਨੂੰ ਤਾਂ ਸਾ ਸ਼ਮਸ਼ੇਰ ਸਿੰਘ ਦੁੱਲੋ ਨੂੰ ਨਾਲ ਲੈ ਕੇ ਚੱਲ, ਆਓ ਵੇਖਦੇ ਹਾਂ ਕਿ ਬੀਬੀ ਸੋਨੀਆ ਗਾਂਧੀ ਤੈਨੂੰ ਘਰੋਂ ਕੱਢਦੀ ਕਿ ਸਾਨੂੰ ਕੱਢਦੀ। ਜੋ ਕੱਢਣ ਵਾਲੇ ਕੌਣ ਨੇ, ਇਹਨਾਂ ਦੀ ਕੀ ਤਾਕਤ ਹੈ? ਸਰ ਸੁਨੀਲ ਜੀ, ਮੇਰੀ ਗੱਲ ਤਾਂ ਸੁਣ ਲੈ, ਸੁਨੀਲ ਜਾਖੜ ਦਾ ਮੇਰੀ ਇੱਕ ਮਿੰਟ ਕਹਿਣਾ ਸੀ ਕਿ ਮੈਂ ਤੇਰਾ ਆਇਆ ਨਹੀਂ ਜਵਾਬ ਦੇਣਾ, ਪਿਛਾ ਦੇ ਵਰਡਸ ਨੇ ਉਹ ਮੇਰੇ, ਮੈਂ ਤੇਰੀ ਇਹ ਗੱਲਾਂ ਦਾ ਜਵਾਬ ਨਹੀਂ ਦੇ, ਉਹ ਕਿੱਥੇ ਹੋ ਗੁਲਾਮ ਨਬੀ ਆਜ਼ਾਦ ਦੀ ਚਿੱਠੀ? ਇਹ ਜਿਹੜਾ ਮੇਰੀ ਗੱਲ ਸੁਣੋ, ਮੈਂ ਅੱਜ ਇਹ ਰੌਲਾ ਰੱਪਾ ਪਾਇਆ ਤੇ ਕੁੰਭਕਰਨ 5 ਮਹੀਨਿਆਂ ਬਾਅਦ ਆਪਣੇ ਘਰੋਂ ਨਿਕਲਿਆ। ਪ੍ਰਤਾਪ ਸਿੰਘ ਬਾਜਵਾ ਇੱਥੇ ਹੀ ਨਹੀਂ ਰੁਕੇ, ਉਹਨਾਂ ਸੁਨੀਲ ਜਾਖੜ ਨੂੰ ਵੀ ਸ਼ਕੁਨੀ ਮਾਮਾ ਕਰਾਰ ਦਿੱਤਾ ਹੈ। ਉਹਨਾਂ ਦੋਸ਼ ਲਾਇਆ ਕਿ ਸੁਨੀਲ ਜਾਖੜ ਪਾਰਟੀ ਨੂੰ ਇਕੱਠਾ ਕਰਨ ਦੀ ਬਜਾਏ ਸ਼ਕਨੀ ਮਾਮਾ ਵਾਂਗੂ ਦੋ ਫਾੜ ਕਰ ਰਹੇ ਨੇ। ਉਹਨਾਂ ਕਿਹਾ ਕਿ ਇਹਨਾਂ ਗੱਲਾਂ ਕਾਰਨ ਹੀ ਸੁਨੀਲ ਜਾਖੜ ਪਹਿਲਾਂ ਰਾਜਸਥਾਨ ਵਿੱਚੋਂ ਕੱਢੇ ਗਏ ਅਤੇ ਫਿਰ ਅਬੋਹਰ ਤੋਂ ਹਾਰ ਕੇ ਉਹਨਾਂ ਨੂੰ ਗੁਰਦਾਸਪੁਰ ਦੀ ਸੀਟ 'ਤੇ ਵੀ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ, ਜਦਕਿ ਪੂਰੇ ਪੰਜਾਬ ਵਿੱਚ ਕਾਂਗਰਸ ਨੇ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕੀਤੀ ਸੀ। ਸੋ ਫਿਰ ਅਸੀਂ ਆਪਣੀ ਗੱਲ ਲੋਕਾਂ ਦੀ ਗੱਲ ਕਿਹਦੇ ਕੋਲ ਰੱਖੀ? ਸ਼ੱਕ ਨਹੀਂ ਮਾਮਾ ਹੁੰਦਾ ਜਿਹਨੇ ਮਹਾਭਾਰਤ ਦੇ ਵਿੱਚ ਭਰਾ ਨਾ ਭਰਾ ਲੜਾਏ, ਜੰਗ ਕਰਾਈ, ਨੁਕਸਾਨ ਕਰਵਾਇਆ, ਇਸ ਤਰ੍ਹਾਂ ਹੀ ਉਹਦਾ ਕੰਮ ਜਿਹੜਾ ਪ੍ਰਧਾਨ ਹੁੰਦਾ, ਪ੍ਰਧਾਨ ਦਾ ਕੰਮ ਹੁੰਦਾ ਪਾਰਟੀ ਨੂੰ ਇਕੱਠਿਆਂ ਰੱਖਣ। ਜੋ ਹਾਲ ਸੁਨੀਲ ਜਾਖੜ ਦਾ ਪਿਛਲੇ ਮਹੀਨਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਇੱਕ ਵਾਰ ਕੈਪਟਨ ਸਾਹਿਬ ਨੂੰ ਖੁਦ ਮਿਲਣ ਗਿਆ ਸੀ ਅਤੇ ਕੈਪਟਨ ਦੀ ਸਿਕਿਉਰਿਟੀ ਦੇ KSI ਨੇ
ਇਹਦਾ ਮੋਬਾਈਲ ਬਾਹਰ ਰਖਵਾ ਲਿਆ ਸੀ ਅਤੇ ਮੀਟਿੰਗ ਛੱਡ ਕੇ ਆ ਗਿਆ ਸੀ। ਇਹਨੂੰ ਆਪ ਨਹੀਂ ਹੈ, ਇਹ ਛੋਟੇ ਛੋਟੇ ਸੌਦਿਆਂ ਕਰ ਰਿਹਾ। ਵੇਖੋ ਆਹ ਲਿਖੀ ਹੈ, ਇਟ ਇਜ਼ ਕੈਪਟਨ ਅਮਰਿੰਦਰ ਸਿੰਘ ਵਰਸਿਸ ਸੁਨੀਲ ਜਾਖੜ, ਪਾਰਟੀ ਵਰਸਿਸ ਗਵਰਨਮੈਂਟ। ਆਹ ਫੋਟੋ ਹੈ ਜਦੋਂ ਸੁਨੀਲ ਜਾਖੜ ਨੂੰ ਦਫ਼ਤਰੋਂ CM ਦੇ ਦਫ਼ਤਰੋਂ ਕੱਢ ਦਿੱਤਾ ਗਿਆ ਸੀ ਇਸੇ ਪ੍ਰਧਾਨ ਨੂੰ। ਇਹ ਤਰੀਕ ਕਿਹੜੀ ਹੈ ਦੋਸਤਾਂ? ਅਤੇ ਇਹ ਹੈ ਜੇ 13 April 2018 ਨੂੰ ਸੁਨੀਲ ਜਾਖੜ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ 'ਚੋਂ ਉਹਦੀ ਸਿਕਿਉਰਿਟੀ ਵਾਲਿਆਂ ਨੇ ਬਾਹਰ ਕੱਢਤਾ। ਅਤੇ ਜਿਹੜਾ ਬੰਦਾ ਗੋਡੇ ਟੇਕਣ ਦੇ, ਜਿਹਦੀ ਰੀੜ੍ਹ ਦੀ ਹੱਡੀ ਨਾ ਹੋਏ, ਗੋਡੇ ਆਪਣਾ ਭਾਰ ਨਾ ਚੁੱਕ ਸਕਦੇ ਹੋਣ, ਉਹ ਸਾਨੂੰ ਸਮਝਾਉਂਦਾ, ਮੈਨੂੰ ਤਾਂ ਸ਼ਮਸ਼ੇਰ ਸਿੰਘ ਦੁੱਲੋਂ ਨੂੰ, ਜਿਹੜੇ ਇਸ ਤੋਂ ਸੀਨੀਅਰ ਨੇ, ਪ੍ਰਧਾਨ ਰਹੇ ਨੇ। ਆਹ ਤੁਹਾਡੇ ਉਹ ਇੱਕ ਮਿੰਟ ਸੁਣਨਾ, CM ਸਿਕਿਉਰਿਟੀ, ਆਹ ਸੁਣ ਲਓ ਇੱਕ ਮਿੰਟ। CM ਸਿਕਿਉਰਿਟੀ ਆਸ ਜਾਖੜ ਟੂ ਡਿਪੋਜ਼ਿਟ ਮੋਬਾਈਲ ਬਿਫੋਰ ਐਂਟਰਿੰਗ ਆਫਿਸ, ਹੀ ਵਾਕਸ ਆਊਟ ਇਨ ਪ੍ਰੋਟੈਸਟ। ਆਹ ਲਓ ਜੀ 12 April 2000 ਪੜ੍ਹ ਲਓ, ਆਹ ਚੰਗੀ ਤਰ੍ਹਾਂ ਫੋਟੋ ਇਹਦੀ ਲੈ ਲਓ ਕਿ ਪੁਲਿਸ ਨੇ ਕਿਹਾ ਆਪਣਾ ਮੋਬਾਈਲ ਬਾਹਰ ਰੱਖ, ਅਤੇ ਉਸ ਦੇ ਵਿੱਚੋਂ ਇਹਨੂੰ ਦਫ਼ਤਰੋਂ ਬਾਹਰ ਜਾਣਾ ਪਿਆ ਛੱਡ ਕੇ, ਜੇ ਇਹਦੇ ਵਿੱਚ ਜ਼ਮੀਰ ਹੁੰਦੀ ਥੋੜ੍ਹੀ ਮੋਟੀ ਵੀ। ਅਤੇ ਇਹਨੂੰ ਪੁੱਛਿਆ ਗਿਆ ਕਿ ਤੂੰ ਬਟਾਲੇ ਕਿਉਂ ਨਹੀਂ ਗਿਆ, ਕਹਿੰਦਾ ਇੱਥੇ ਸਨੀ ਦਿਓਲ ਜਿੱਤਿਆ ਉਹਦਾ ਖਾਮੇ ਜਾਣਾ, ਬਟਾਲੇ ਅਫਸੋਸ 'ਤੇ ਕਿਉਂ ਨਹੀਂ ਆਇਆ ਤੂੰ ਇਹਨਾਂ ਘਰਾਂ ਦੇ ਵਿੱਚ, ਗਰੀਬ ਘਰਾਂ 'ਚ। ਉਹਦਾ ਜਵਾਬ ਸੀ ਕਿ ਸਨੀ ਦਿਓਲ ਕਿਉਂਕਿ ਉੱਥੋਂ ਦਾ MP ਬਣ ਗਿਆ, ਇਹਦਾ ਕੰਮ ਹੈ ਹੁਣ ਮੇਰਾ ਕੰਮ ਨੇ। ਤਾਂ ਮੈਂ ਸੁਨੀਲ ਜਾਖੜ ਜੀ ਨੂੰ ਕਹਿਣਾ ਚਾਹੁੰਦਾ, ਸੁਨੀਲ ਜਾਖੜ ਜੀ ਇਸੇ ਗੱਲੋਂ, ਪਹਿਲੇ ਤੁਸੀਂ ਫਿਰੋਜ਼ਪੁਰ ਉੱਥੋਂ ਤੁਰੇ ਹੋ ਰਾਜਸਥਾਨ ਨੂੰ, ਰਾਜਸਥਾਨ ਦੇ ਲੋਕਾਂ ਨੇ ਰਿਜੈਕਟ ਕੀਤਾ ਸੁਨੀਲ ਜਾਖੜ ਨੂੰ, ਫਿਰ ਇਹ ਆਇਆ ਅਬੋਹਰ। ਸਾਰੇ ਹਿੰਦੁਸਤਾਨ, ਸਾਰੇ ਪੰਜਾਬ ਦੇ ਵਿੱਚ 2/3 ਮਾਰਜਨ ਨਾਲ ਕਾਂਗਰਸ ਜਿੱਤੀ, ਅੱਜ ਕੇ 2/3 ਦਾ ਕੋਈ ਵੀ ਸ਼ਹਿਰੀ ਸੀਟ ਪੰਜਾਬ ਦੇ ਵਿੱਚ ਕਾਂਗਰਸ ਨਹੀਂ ਆ ਰਹੀ, ਇੱਕ ਆ ਰਹੀ ਹੈ ਉਹ ਸੁਨੀਲ ਜਾਖੜ ਵਾਲੀ, ਇੱਕ ਮਿਊਂਸੀਪਲ ਕਾਊਂਸਲਰ, BJP ਦਾ ਇੱਕ ਮਿਊਂਸੀਪਲ ਕਾਊਂਸਲਰ ਦੇ ਹੱਥੋਂ ਇਹਦੀ ਖੁੰਬ ਠੱਪੀ ਗਈ। ਅਜੇ ਸਾਲ ਹੋਇਆ, ਮਿਡ ਟਰਮ ਪੋਲ ਜਿੱਤ ਕੇ ਗਿਆ, 2 lakh ਨਾਲ ਜਿੱਤਿਆ ਸੀ, 1 lakh ਤਾਂ ਮਾਂਜਿਆ ਗਿਆ 1 saal ਦੇ ਵਿੱਚ। ਅਤੇ ਜਿਹੜੇ ਬੰਦੇ ਦੇ ਕਾਰਨਾਮੇ ਇਹ ਨੇ, ਜਿਹੜਾ ਕਹਿੰਦਾ ਕਿ ਮੈਨੂੰ ਆਉਣ ਦੀ ਲੋੜ ਨਹੀਂ, ਉਹਦਾ ਮਤਲਬ ਕਿਉਂ? ਹੁਣ ਮੈਨੂੰ ਇਹ ਜਾਪਦਾ ਕਿ ਇੱਥੋਂ ਸ਼ਾਇਦ ਨਾਰੋਵਾਲ ਜਾਣ ਦੀ ਤਿਆਰੀ 'ਚ। ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਤੋਂ ਦੋਸ਼ ਲਾਇਆ ਕਿ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦੀ ਸਹੁੰ ਖਾ ਕੇ ਸੱਤਾ ਵਿੱਚ ਆਏ ਸੀ, ਪਰ ਹੁਣ ਕਰੀਬ 4 saal ਬੀਤ ਜਾਣ ਤੋਂ ਬਾਅਦ ਵੀ ਪੰਜਾਬ ਵਿੱਚ ਨਸ਼ਾ ਵੱਡੀ ਪੱਧਰ 'ਤੇ ਵਿਕ ਰਿਹਾ ਹੈ ਅਤੇ ਮੁੱਖ ਮੰਤਰੀ ਕੁੰਭਕਰਨੀ ਨੀਂਦ ਸੁੱਤੇ ਪਏ ਨੇ। ਸਾਨੂੰ ਵੇਖੋ ਗੱਲ ਇਸ ਤਰ੍ਹਾਂ, ਕੋਈ ਨਾ ਤਾਂ ਮੈਂ ਕਦੀ ਕੋਸ਼ਿਸ਼ ਕੀਤੀ ਹੈ, ਅਸੀਂ ਤਾਂ ਇੱਕੋ ਗੱਲ ਹੈ, ਲੋਕਾਂ ਦੀ ਲੜਾਈ ਲੜ ਰਹੇ। ਠੀਕ ਹੈ, ਬਿਲਕੁਲ। ਪੰਜਾਬ ਕਾਂਗਰਸ ਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਅਸੀਂ ਨਸ਼ਾ ਮੁਕਤ ਕਰਾਂਗੇ। ਸਮੁੱਚੇ ਬਠਿੰਡੇ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਰੱਖ ਕੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਫੇਰ ਦਿੱਤਾ ਸੀ ਕਿ ਮੈਨੂੰ 4 ਹਫ਼ਤੇ ਦੇ ਦਿਓ, 4 ਹਫ਼ਤਿਆਂ 'ਚ ਮੁਕਾ ਦਾਂਗੇ। ਉਹ ਕੈਪਟਨ ਅਮਰਿੰਦਰ ਸਿੰਘ ਜੀ ਇੱਥੇ ਤਾਂ 4 saal ਹੋ ਗਏ, 4 saal ਬਾਅਦ 113 ਮੌਤਾਂ ਪੰਜਾਬ 'ਚ ਹੋਈਆਂ ਨੇ। ਤੁਸੀਂ ਅਜੇ ਵੀ, ਜੇ ਪੁਲਿਸ ਹੁਣ ਜੂ ਬੰਦੇ ਫੜਦੀ ਫਿਰਦੀ ਹੈ, ਅਸਲ ਪੁਲਿਸ ਦਾ ਕੰਮ ਹੁੰਦਾ ਕਿ ਪਹਿਲੇ ਬੰਦੇ ਗ੍ਰਿਫਤਾਰ ਕਰਨੇ। ਕੀ ਇੱਥੇ ਜਿਹੜੇ ਸ਼ਰਾਬ ਵੇਚਣ ਵਾਲੇ ਉਹ ਅੱਜ ਦੇ ਵੇਚਦੇ ਨੇ? ਮੈਨੂੰ ਪਤਾ ਲੱਗਾ 20 saal ਦੀਆਂ ਜਨਾਨੀਆਂ ਇੱਥੇ ਸ਼ਰਾਬ ਵੇਚਦੀਆਂ ਸੀ। ਸਰ ਕੈਪਟਨ ਸਾਹਿਬ ਅਤੇ ਜ਼ਿੰਮੇਵਾਰੀ ਕਿਹਦੀ ਹੁੰਦੀ ਜੀ? ਐਕਸਾਈਜ਼ ਦਾ ਮਹਿਕਮਾ, ਹੋਮ ਦਾ ਮਹਿਕਮਾ ਕੈਪਟਨ ਅਮਰਿੰਦਰ ਸਿੰਘ ਦਾ, ਸਿੱਧੇ ਤੌਰ ਕੈਪਟਨ ਅਮਰਿੰਦਰ ਸਿੰਘ ਦੀ। ਜੇ ਆਰਥਿਕ ਤੌਰ, ਮੈਂ ਸਮਝਦਾ ਕਿ ਜੇ ਉਹ ਇਹ ਜ਼ਿੰਮੇਵਾਰੀ ਲੈਣ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਗੱਲ। ਇਹ ਆਪਾਂ ਸਿਪਾਹੀਆਂ ਨੂੰ, ਹੌਲਦਾਰਾਂ ਨੂੰ, ਥਾਣੇਦਾਰਾਂ ਨੂੰ ਸਸਪੈਂਡ ਕੀਤਾ ਗੱਲ ਥੋੜ੍ਹਾ ਬਣਨੀ। ਉਹ ਮੈਂ ਤਾਂ ਸਾਰਿਆਂ ਨੂੰ ਵੱਧ ਹਾਈਕੋਰਟਾਂ ਦੇ ਵਿੱਚ ਅਕਾਲੀਆਂ 'ਤੇ ਗਿਆ, ਪਤਾ ਨਹੀਂ ਤੁਸੀਂ ਕਿੱਥੇ ਰਹਿੰਦੇ ਰਹੇ ਹੋ, ਮੈਂ ਤਾਂ ਹਾਈਕੋਰਟਾਂ 'ਚ ਲੈ ਕੇ ਅਕਾਲੀਆਂ ਨੂੰ ਗਿਆ, ਸਮੁੱਚੇ ਪੰਜਾਬ 'ਚ ਮੈਂ ਨਸ਼ੇ ਦੇ ਹਾਈਕੋਰਟ ਦੇ ਵਿੱਚ ਤਾਂ ਬਿਕਰਮ ਮਜੀਠੀਆ ਦੇ ਖਿਲਾਫ਼ ਤਾਂ ਮੈਂ ਸ਼ਰੇਆਮ ਗਿਆ, ਮੈਂ ਤੁਹਾਨੂੰ ਰਿਕਾਰਡ ਖਿਲਾ ਦਾਂਗਾ। ਸਾਰੀ ਤੁਹਾਡੀ ਤੁਹਾਡੀ ਜਿਹੜੀ ਬਿਊਰੋ ਟੀਮ ਹੈ ਚੰਡੀਗੜ੍ਹ ਦੀ, ਉਹਨੂੰ ਪੁੱਛੋ, ਸਾਰਾ ਪੰਜਾਬ ਜਾਣਦਾ। ਅਤੇ ਜੇ ਹਾਈਕੋਰਟ 'ਚੋਂ ਸਾਨੂੰ ਜਸਟਿਸ ਨਾ ਮਿਲ ਸਕੇ, ਪ੍ਰਤਾਪ ਸਿੰਘ ਬਾਜਵਾ ਕਿਸੇ ਖੂਹ 'ਚ ਛਾਲ ਮਾਰਨ ਤੋਂ ਤਰਿਆ ਜੀ, ਅਸੀਂ ਕਚਹਿਰੀ 'ਚ ਗਏ, ਨਹੀਂ ਉੱਥੇ ਸਾਨੂੰ ਜਸਟਿਸ ਮਿਲ ਸਕਿਆ। ਦੱਸਦੀ ਕਿ ਬਾਜਵਾ ਉੱਪਰ ਪਾਰਟੀ ਅਤੇ ਸਰਕਾਰ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲਾਏ ਜਾ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੁੱਲੂ ਨੇ ਜ਼ਹਿਰੀਲੀ ਸ਼ਰਾਬ ਕਾਂਡ ਨੂੰ ਲੈ ਕੇ ਆਪਣੀ ਪਾਰਟੀ ਦੀ ਸਰਕਾਰ 'ਤੇ ਹਮਲਾ ਬੋਲਿਆ ਸੀ ਅਤੇ ਮੁੱਖ ਮੰਤਰੀ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਏ ਸੀ, ਜਿਸ ਤੋਂ ਬਾਅਦ ਸੁਨੀਲ ਜਾਖੜ ਨੇ ਹੁਣ ਬਾਜਵਾ ਅਤੇ ਦੁੱਲੋ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕਰ ਦਿੱਤੀ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।